एक ट्रक अड्डे से मैं लड़की को लेकर आया हूँ बड़ा मशहूर ट्रक अड्डा यहाँ पर बेशुमार लड़कियों को हमने पकड़ा है मेरे जो प्रोग्राम है बहुत वायरल हुए थे ये वहाँ की सबसे छोटी लड़की है अठारह उन्नीस साल इसकी एज है तो इस गलत फील्ड में कैसे मुबतला हुई कैसे ये सब काम किए फेस इसका मैं इसलिए नहीं दिखा रहा कि यह भी किसी की बहन बेटी है लेकिन मैंने कहा इतना हमें ज़रूर बता दें कि कैसे घुसियो किन सहेलियों ने किन दोस्तों ने आपको ਇਸ ਕੰਮ ਮੇ ਲਗਾ ਹੈ। ਪ੍ਰਮਸਲਾਮ। ਸਭ ਤੋਂ ਪਹਿਲਾਂ ਤੁਸੀਂ ਆ ਦੱਸੋ ਕਿਹੜੇ ਇਲਾਕੇ ਦੀ ਹੋ? ਮੈਂ ਲਾਹੌਰ ਦੀ ਆ। ਇਲਾਕਾ ਨਹੀਂ ਦੱਸਣਾ ਮੈਂ। ਇਲਾਕਾ? ਨਹੀਂ ਦੱਸਣਾ। ਉਹ ਕਿਉਂ? ਬਸ ਨਹੀਂ ਦੱਸਣਾ ਨਾ। ਚਲੋ ਕੋਈ ਗੱਲ ਨਹੀਂ। ਤੁਹਾਡੀ ਮਿਹਰਬਾਨੀ ਤੁਸੀਂ ਇੰਟਰਵਿਊ ਤਾਂ ਦੇ ਰਹੀ ਹੋ। ਐ ਦੱਸੋ ਇਸ ਫੀਲਡ 'ਚ ਤੁਸੀਂ ਕਿਵੇਂ ਆਈ ਹੋ? ਫੀਲਡ 'ਚ ਕੁੱਤਿਆਂ ਨੇ ਮਹਿੰਗਾਈ ਇੰਨੀ ਕਰਤੀ ਕੁੜੀਆਂ ਫੀਲਡ 'ਚ ਨਾ ਆਂਤ ਕੀ ਕਰਨ? ਉੰਜ ਤਾਂ ਕੋਈ ਮਦਦ ਵੀ ਨਹੀਂ ਕਰਦਾ ਹੈਗਾ। ਅਗਰ ਕੁਸ਼ਣ ਨੂੰ ਕਹਿ ਦੋ ਉਹ ਜੁੜਾ ਦੇਣਗੇ। ਹੁਣ ਜ਼ਨਾਹ ਕਰਕੇ ਪੈਸੇ ਦੇ ਸਕਦੇ ਨੇ ਲੇਕਿਨ ਉਂਝ ਨਹੀਂ ਪੈਸੇ ਦੇ ਸਕਦੇ ਕਿਸੇ ਨੂੰ ਉਂਝ ਮਦਦ ਨਹੀਂ ਕਰਦੇ ਨਹੀਂ ਬਿਲਕੁਲ ਵੀ ਨਹੀਂ ਕਰਦੇ ਮੈਂ ਬੜਿਆਂ ਕੋਲ ਮੰਗ ਕੇ ਵੇਖਿਆ ਮਦਦ ਨਹੀਂ ਉਹ ਸਾਰੇ ਇਹੀ ਡਿਮਾਂਡ ਕਰਦੇ ਨੇ ਆ ਸਾਡੇ ਨਾਲ ਇੰਨੇ ਕੰਟੇ ਗੁਜ਼ਾਰ ਤੇ ਤੈਨੂੰ ਇੰਨੇ ਪੈਸੇ ਦੇ ਦਾਂਗੇ ਉਂਝ ਕੋਈ ਵੀ ਨਹੀਂ ਦਿੰਦਾ ਅੱਛਾ ਇੱਕ ਮੈਂ ਗੱਲ ਕਰ ਰਿਹਾ ਹਾਂ ਦੇਖੋ ਇਹ ਇੰਟਰਵਿਊ ਹੋ ਰਿਹਾ ਹੈ ਤੁਹਾਡਾ ਕੋਈ ਚਿਹਰਾ ਕੋਈ ਐਸੀ ਚੀਜ਼ ਨਜ਼ਰ ਨਹੀਂ ਆ ਰਹੀ ਸੱਚੀ ਗੱਲ ਕਰਨੀ ਹੈ ਸਭ ਤੋਂ ਪਹਿਲੇ ਤੇ ਇਸ ਫੀਲਡ ਚ ਤਹਾਡੇ ਨਾਲ ਕੀ ਹਿਸਾਬ ਕਿਤਾਬ ਹੋਇਆ ਸੀ ਸ਼ੋਰਟ ਦਾ ਕੀ ਦਿੱਤਾ ਸੀ ਨਾਈਟ ਗੁਜ਼ਾਰੀ ਸੀ ਤੇ ਸ਼ੋਰਟ ਤੇ ਮੇਚ ਇਸਤੇਮਾਲ ਹੋਈ ਸੀ ਨਹੀਂ ਪਹਿਲੇ ਸ਼ੋਰਟ ਚ ਮੈਂ ਕੀਤਾ ਸੀ ਉਦਾਰੀ ਗੱਲ ਮੇਰੀ ਅੰਮੀ ਬਿਮਾਰ ਰਹਿੰਦੇ ਨੇ ਤੇ ਬਸ ਇੱਕ ਦੋਸਤ ਦਾ ਭਰਾ ਸੀ ਉਹਨੂੰ ਮੈਂ ਕਿਹਾ ਕਿ ਮੇਰੀ ਹੈਲਪ ਕਰਦੇ ਐ ਅੰਮੀ ਦਾ ਇਲਾਜ ਕਰਵਾਉਣਾ ਤੇ ਉਹ ਸਾਰੇ ਤੋਂ ਪਹਿਲੇ ਮਤਲਬ ਇੱਕ ਦੋਸਤ ਦਾ ਭਰਾ ਤੁਹਾਨੂੰ ਇਹ ਡਿਮਾਂਡ ਕਰ ਰਿਹਾ ਹੈ ਤੇ ਦੂਸਰੇ ਲੋਕ ਤਾਂ ਫਿਰ ਦੂਸਰੇ ਲੋਕ ਨੇ ਨਾ ਉਹਨੇ ਮੈਨੂੰ ਇਹ ਕਿਹਾ ਕਿ ਇੰਨੇ ਕੈਂਟ ਮਰਨਾ ਗੁਜ਼ਾਰ ਤੈਨੂੰ ਮੈਂ ਇੰਨੇ ਪੈਸੇ ਦਾਂਗਾ ਤੇ ਖੈਰ ਅਮੀ ਦੀ ਦਵਾਈ ਆਣੀ ਸੀ ਅਗਰ ਦਵਾਈ ਨਾ ਦਿਓ ਤੇ ਅਮੀ ਦੀ ਤਬੀਤ ਹੋਰ ਖਰਾਬ ਹੋ ਜਾਂਦੀ ਤੇ ਤਦ ਫਿਰ ਮੈਂ ਉਹਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਫਿਰ ਬਾਹਰ ਮੈਂ ਨਿਕਲੀ ਕਿਸ ਨੂੰ ਹੈਲਪ ਦਾ ਕਿਹਾ ਕਿਉਂਕਿ ਮੈਂ ਦੁਬਾਰਾ ਉਹਦੇ ਕੋਲ ਹੈਲਪ ਮੰਗਨ ਨਹੀਂ ਸੀ ਚਾਹਦੀ ਉਸ ਟਾਈਮ ਤਾਂ ਮੈਂ ਮਜਬੂਰਨ ਕੱਢ ਲੀਤਾ ਸੀ ਫਿਰ ਮੈਂ ਬਾਹਰ ਨਿਕਲੀ ਬਾਹਰ ਜਿੰਨੂੰ ਵੀ ਹੈਲਪ ਦਾ ਕਿਉਂ ਨਹੀਂ ਡਿਮਾਂਡ ਕੀਤੀ ਜਿੰਨੂੰ ਵੀ ਕਿਹਾ ਫਿਰ ਮਜਬੂਰਨ ਮੈਂ ਫੀਲਡ ਚ ਆ ਗਿਆ مثلاں کہ کتنے پیسے دیے تھے کہاں پہ لے کر گیا تھا کون دوست تھا بھائی وہی لڑکا او اپنے مطلب کارچی کوئی بھی نہیں سی ہے کلا ہی ہے اسی تو اس ٹائم اسی گاڑی سی نہیں والدہ نو کی مسئلہ ہے والدہ بیمار ہیں کینسر ہے شوگر ہے ڈیٹیل سے بتاؤ میرے نیک سبسکرائبر ہیں سارے حاجی صاحبانہ ہیں والدہ کو کینسر ہے الو کینسر ہے کیا ہاں جی اچھا ਤੇ ਇਹ ਦੱਸੋ ਇਸ ਫੀਲਡ ਦੇ ਜਿਹੜੀਆਂ ਕੁੜੀਆਂ ਨੇ ਹਰ ਇੱਕ ਕੁੜੀ ਦਾ ਆਪਣਾ ਰੇਟ ਹੁੰਦਾ ਹੈ ਨਾਇਕਾ ਵੀ ਚਲਾਨਦੀਆਂ ਨੇ ਬਾਜ਼ੂਕਾ ਦਲਾਲ ਵੀ ਹੁੰਦੇ ਨੇ ਤੁਹਾਨੂੰ ਕੌਣ ਚਲਾਉਂਦਾ ਹੈ ਜਾਂ ਤੁਸੀਂ ਆਪ ਜਾਂਦੀਆਂ ਹੋ ਅੱਡੇ ਤੇ ਮੈਂ ਖੁਦ ਅੱਡੇ ਤੇ ਜਾਂਦੀ ਹਾਂ ਅੱਡੇ ਤੇ ਜਾਂਦੀ ਹਾਂ ਹਾਂ ਜੀ ਮਸਲਨ ਕਿ ਛੋੜ ਦਾ ਕੀ ਮਿਲਦਾ ਹੈ 2 ਤੋਂ 3000 ਰੁਪਏ 2 ਤੋਂ 3000 ਰੁਪਏ ਫੀ ਬੰਦਾ ਹਾਂ ਜੀ ਅਗਰ ਕਿਸੇ ਨਾਲ ਮਸਲਨ ਕਿ ਉਹ ਮੁੰਡੇ 2-4 ਮਿਲ ਕੇ ਅਗਰ ਔਰਤ ਨਾਲ ਮੁਬਾਸ਼ਰਤ ਕਰਦੇ ਨੇ ਆਮ ਬਿਸਤਰियां ਕਰਦੇ ਨੇ ਤੇ ਉਹ ਫਿਰ ਉਹ ਕਿੰਨੇ ਪੈਸੇ ਦਿੰਦੇ ਨੇ ਹੱਲੇ ਅੰਜ ਦਾ ਕੁਝ ਕੀਤਾ ਨਹੀਂ ਹੈ ਲੇਕਿਨ ਹੁੰਦੇ ਪੈਸੇ ਜ਼ਿਆਦਾ ਹੁੰਦੇ ਨੇ तकरीबन तकरीबन 10000 ਹੱਦ ਜਿਆਦਾ ਤੋਂ ਜਿਆਦਾ 10000 ਹਾਂ اچھا ਇਸ ਫੀਲਡ ਦੇ ਸਭ ਤੋਂ ਜ਼ਿਆਦਾ ਕਿਹੜੀ ਲੜਕੀ ਲੜਕੀ ਦੀ ਡਿਮਾਂਡ ਹੈ ਇਸ ਫੀਲਡ ਦੇ ਸਭ ਤੋਂ ਜ਼ਿਆਦਾ ਕਿਹੜੀ ਲੜਕੀ ਦੀ ਡਿਮਾਂਡ ਜ਼ਿਆਦਾ ਹੈ ਸਮਾਰਟ ਪਤਲੀ ਕਿਵੇਂ ਦੀ ਦੁਗਲੀ ਪਤਲੀ ਹੈ ਕਮੇਜ ਦੀ ਹੋਏ ਦੁਗਲੀ ਪਤਲੀ ਹੈ ਹੁਣ ਤੁਸੀਂ ਵੀ ਤੇ ਦੁਗਲੀ ਪਤਲੀ ਹੋ ਤੇ ਤੁਹਾਡਾ ਇਸ ਟਾਈਮ ਕੇ ਕੰਮ ਟਫ ਜਾ ਰਿਹਾ ਹੈ ਛੱਡ ਦਿੱਤਾ ਹੈ ਕਰਦੇ ਪਈਓ ਮੈਂ ਛੱਡ ਦਿੱਤਾ ਮੈਂ ਤੋਬਾ ਕਰ ਲੇਤੀ ਤੇ ਮੈਂ ਹੁਣ 아이 ਚਾਹਨੀ ਕਿ ਅੱਛੀ ਜਗ੍ਹਾ ਤੋਂ ਮੇਰਾ ਰਿਸ਼ਤਾ ਆਏ ਮੈਂ ਸ਼ਾਦੀ ਕਰਨਾ ਚਾਹੰ। ਸ਼ਾਦੀ ਕਰਨਾ ਚਾਹੰ। ਹਾਂਜੀ ਹੁਣ ਮੈਂ ਅੱਛੀ ਨੇਕ ਜ਼ਿੰਦਗੀ ਗੁਜ਼ਾਰਨਾ ਚਾਹੰਨੀ ਆ ਗਲਤ ਕੰਮਾਂ ਤੋਂ ਮੈਂ ਤੋਬਾ ਕਰ ਲੇਤੀ। ਏਡੀ ਗੋਰੀ ਚਿੱਟੀ ਸੋਣੀ ਹੋ ਕੇ ਤੂੰ ਗਲਾਜ਼ਤ ਅਜ ਗੰਦਗੀ ਚ ਪੈ ਰਹੀਆਂ ਮੈਨੂੰ ਇਹ ਦੱਸ ਕਿੰਨਾ ਅਸਐ ਇਸਤੇਮਾਲ ਹੋਈ ਹੈ। 1.5 2 ਸਾਲ 1.5 2 ਸਾਲ ਸਭ ਤੋਂ ਜ਼ਿਆਦਾ ਇਸ ਫੀਲਡ 'ਚ ਬਾਬੇ ਆਂਦੇ ਨੇ ਯੰਗ ਆਂਦੇ ਨੇ ਕਿਹੜੇ ਲੋਕ ਆਂਦੇ ਨੇ ਯੰਗ ਜ਼ਿਆਦਾ ਆਂਦੇ ਨੇ ਯੰਗ ਆਂਦੇ ਨੇ ਹਮ ਬਾਬੇ ਦਾ ਹੀ ਕਦੀ ਕਿਦਰ ਦਿਲ ਕਰ ਪੈਂਦਾ ਉਹੀ ਤੇ ਆਂਦੇ ਨੇ ਹਾਂ ਜੀ ਕਿਸੇ ਦੇ ਮੱਥੇ ਤੇ ਤੇ ਨਹੀਂ ਲਿਖਿਆ ਕਿ ਨੇਕ ਨੇ ਹਾਂ ਹਾਂ ਬਾਬੇ ਵੀ ਆਂਦੇ ਨੇ ਲੇਕਿਨ ਬਾਬੇ ਕਾਟ ਆਂਦੇ ਨੇ ਬਾਬੇ ਕਾਟ ਆਂਦੇ ਨੇ ਹਮ ਬਾਬੇ ਦਾ ਕੀ ਰੇਟ ਹੈ ਅੱਛਾ ਬਾਬੇ ਵੀ ਆਤੇ ਨੇ ਹਾਂ ਆਂਦੇ ਨੇ ਅਸਤਗਫਿਰੁਲਾ ਨਾਜ਼ਰੀਨੋ ਗਰਾਮੀ ਇਹ ਬਾਤ ਹਕੀਕਤ ਹੈ ਕਿ ਹਮਾਰੇ ਮਾਸਰੇ ਦੇ ਅੰਦਰ आपको पता है कि लोग शादी ब्याह पर दीगर तकरीबात पर पैसा लुटाते हैं अशें करते हैं शराब पीते हैं जुए खेलते हैं हवाई फैरिंग करते हैं यहाँ तक के न जाने कहाँ कहाँ पैसा अपना ये इस्तेमाल करते रहते हैं तो ऐसी बहन बेटियों को ख़वानों को जब हेल्प की ज़रूरत होती है तो एहसास प्रोग्राम के भी पैसे उनके मारे जाते हैं एहसास प्रोग्राम के पैसे नहीं मिलते बेनज़ीर इनकम सपोर्ट का पैसा नहीं मिलता इनको बाद में बच्चियाँ क्या हो जाती हैं यही बन जाती हैं तो ये बाल वीआई ब्राउन किए हुए हैं कलर लगाया हुआ है क्या इस फील्ड की के रिलेटेड ये ऐसे बन के रहना पड़ता है हाँ, वेल ड्रेस रहना पड़ता तो नहीं नहीं तो कस्टमर नहीं मिलता मिलते हैं लेकिन फिर गंदे बंदे मिलते हैं अच्छे नहीं मिलते सही पैसा नहीं खर्च करते हाँ मसलन के सब तो ज्यादा दे चलो इंज दस अड्डे ने सारा तो थे उस तो मेन ट्रक उस बाद मॉडल टाउन टाउन है, एरिया इलाका छोटा भी है काम चलो मेरी बहन अल्लाह आपकी से मदद फरमाए मैं आपकी हेल्प कुछ कर देता हूँ लेकिन कैमरे में नहीं करूँगा कि ये लोग ये ना समझें कि वाजिद भाई ने भी इनको कुछ किया है तो ऐसी भाई कोई बात नहीं है कोई मेरा इरादा नहीं है बाकी इंटरव्यू के लिए मैं इनको खर्चा खुरचा दे देता होता हूँ तो किराया भी दे देता हूं जितनी अपने से होता है वो भी इनके मैं हेल्प कर देता हूं तो अपने मेज़बान वाजद अली बुखारी को जानते हैं आने के